ਮੈਂ 2006 ਤੋਂ ਸਕਿਪਿੰਗ ਕਰ ਰਿਹਾ ਸੀਗਾ। ਮੈਂ ਰੀਸੈਂਟਲੀ ਏਸ਼ੀਆ ਰਿਕਾਰਡ ਕਾਇਮ ਕੀਤਾ ਹੈ ਸਕਿਪਿੰਗ ਦੇ ਵਿੱਚ। ਜੀ। ਤੇ ਮੈਂ 1 ਮਿੰਟ ਦੇ ਵਿੱਚ 285 ਵਾਰ ਸਕਿਪ ਕਰਕੇ ਰੋਪ ਸਕਿਪ ਕਰਕੇ ਇਹ ਰਿਕਾਰਡ ਬਣਾਇਆ ਹੈਗਾ। ਇਹ ਰਿਕਾਰਡ ਸੀਗਾ ਇੱਕ ਇੰਗਲੈਂਡ ਦਾ ਵੋਲਟਰ ਨਾਮ ਦਾ ਪਲੇਅਰ ਸੀਗਾ। ਇੰਗਲੈਂਡ ਦਾ। ਹਾਂਜੀ। ਓਕੇ। ਉਹਦਾ 96 ਕਿਲੋ ਦਾ weight ਸੀਗਾ। ਤੇ ਉਹਨੇ 1 ਮਿੰਟ ਦੇ ਵਿੱਚ 232 ਵਾਰ ਕੀਤਾ ਸੀਗਾ। 1 ਮਿੰਟ 232 ਵਾਰ। ਹਾਂਜੀ। ਤੇ ਮੈਂ ਮੈਮ 1 ਮਿੰਟ ਦੇ ਵਿੱਚ 285 ਵਾਰ ਕੀਤਾ ਤੇ ਮੇਰਾ weight 115 ਕਿਲੋ ਆ। ਦੀ ਮੈਂ ਤਿੰਨ ਵਾਰ ਸਟੇਟ ਤੋਂ 브ਾਂਜ਼ ਮੈਡਲ ਹੈਗਾ ਤਿੰਨ ਵਾਰ ਮੈਂ ਇੰਟਰ ਕਾਲਜ 브ਾਂਜ਼ ਮੈਡਲ ਹੈਗਾ ਬੌਕਸਿੰਗ ਦੇ ਵਿੱਚ ਫਿਰ ਮੈਂ ਰਸ਼ੀਆ ਚਲਾ ਗਿਆ ਜੀ ਉੱਥੋਂ ਮੇਰਾ ਆਫਰ ਰਸ਼ੀਆ ਹੀ ਕਿਉਂ ਕਿਉਂਕਿ ਉਹਨੇ ਮੈਨੂੰ ਆਫਰ ਕੀਤਾ ਸੀ ਮੈਨੂੰ ਕਿ ਸਾਡੀ ਕੰਟਰੀ ਵਿੱਚ ਆਓ ਤੇ ਸਾਡੇ ਵੱਲੋਂ ਖੇਡੋ ਤੇ ਪ੍ਰੈਕਟਿਸ ਕਰੋ ਫਿਰ ਮੈਂ ਉੱਥੇ ਗਿਆ ਉੱਥੇ 2019 ਦੇ ਵਿੱਚ ਆਲ ਯੂਰੋਪੀਅਨ ਯੂਨੀਵਰਸਿਟੀ ਅਰਮਾਜਾ ਕੱਪ ਹੋਇਆ ਸੀ ਬੌਕਸਿੰਗ ਦਾ ਉੱਥੇ ਮੇਰਾ 골ਡ ਮੈਡਲ ਸੀਗਾ ਉੱਥੇ ਮੈਂ 160 ਕਿਲੋ ਦੇ ਬੌਕਸ ਨੂੰ ਹਰਾ ਕੇ 골ਡ ਮੈਡਲ ਜਿੱਤੇ ਸੀ ਜੀ ਕਦੀ ਇਦਾਂ ਨਹੀਂ ਹੋਇਆ ਕਿ ਪ੍ਰੈਕਟਿਸ ਦੇ ਦੌਰਾਨ ਜਾਂ ਕੁਝ ਵਕਤ ਦੇ ਦੌਰਾਨ ਤੁਸੀਂ ਕਿਤੇ ਨਾ ਕਿਤੇ ਮਾਇੂਸ ਹੋਏ ਹੋਵੋ ਮੈਂ ਮੇਰੇ ਨਾਲ ਕੁਝ ਨਹੀਂ ਹੋਇਆ ਕਦੀ ਮਾਇੂਸ ਨਹੀਂ ਹੋਇਆ ਪਰ ਹੌਸਲੇ ਬੁਲੰਦ ਰੱਖਿਆ ਜੀ ਹਮਿੰਦਰ ਸਿੰਘ ਤੇ ਰਾਈਟ ਨਾਓ ਤੁਹਾਡਾ weight ਕਿੰਨਾ ਹੈ ਰਾਈਟ ਨਾਓ ਮੇਰਾ 116 116 ਕਿਲੋ ਹਾਂ ਜੀ ਜ਼ਿੰਦਗੀ ਇਸ ਪਹਿਲਾਂ ਤੇ ਹੀ ਸੋਚਿਆ ਕਿ ਪਹਿਲਾਂ ਮੈਂ ਬਾਰਡ ਰਿਕਾਰਡ ਬਣਾਉਣਾ ਚਾਹੁੰਦਾ ਹਾਂ ਤੇ 월ਡ ਰਿਕਾਰਡ ਇੱਕ ਇਦਾਂ ਦਾ ਹੈਗਾ ਕਿ ਜਦੋਂ ਰਹਿਣ ਦੀ ਦੁਨੀਆ ਤੱਕ ਨਾਮ ਰਹੇਗਾ ਜੀ ਹਾਂਜੀ ਉਹਦੇ ਵਿੱਚ ਮੇਰਾ ਇਹ ਡ੍ਰੀਮ ਹੈਗਾ ਕਿ ਪਹਿਲਾ ਉਹ ਚੀਜ਼ ਕਰਾਂ ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਤੁਹਾਨੂੰ ਹਮੇਸ਼ਾ ਤੁਹਾਡੀ ਮੰਜ਼ਿਲ ਨਾਲ ਮਿਲਵਾ ਹੀ ਦਿੰਦਾ ਹੈ ਅੱਜ ਸਾਡੇ ਨਾਲ ਜੋ ਖਾਸ ਮੌਜੂਦ ਨੇ ਉਹਨਾਂ ਨੇ ਨਾ ਕੇਵਲ ਆਪਣੀ ਮੰਜ਼ਿਲ ਨੂੰ ਹਾਸਲ ਕੀਤਾ ਹੈ ਬਲਕਿ ਹਜੇ ਵੀ ਉਹ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੇ ਲਈ ਲਗਾਤਾਰ ਦਿਨ ਰਾਤ ਮਿਹਨਤ ਕਰ ਰਹੇ ਨੇ ਸਰਸ਼ਕਲ ਜੀ ਬਹੁਤ-ਬਹੁਤ ਸਵਾਗਤ ਹੈ ਸਰਸ਼ਕਲ ਮੈਂ ਅ ਪਹਿਲੇ ਤੇ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਹਾਂਜੀ ਥੈਂਕ ਯੂ ਮੈਂ ਇਥੇ ਜ਼ਰੂਰ ਦੱਸਣਾ ਚਾਹਾਂਗੀ ਇੰਟਰਵਿਊ ਸ਼ੁਰੂ ਕਰਨ ਤੋਂ ਪਹਿਲਾਂ ਕਿ ਇਹਨਾਂ ਨੇ ਸਾਡੇ ਪੰਜਾਬ ਦਾ ਨਾ ਸਿਰਫ ਬਲਕਿ ਪੂਰੇ ਹਿੰਦੁਸਤਾਨ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੌਸ਼ਨ ਕੀਤਾ ਹੈ ਅ ਉਹ ਕਿਸ ਤਰ੍ਹਾਂ ਇਹ ਮੈਂ ਤੁਹਾਨੂੰ ਜਾਣੀਆ ਕਿ ਇਹ ਖੁਦ ਦੱਸਣ ਸਮਝਾਵਾਗੀ ਕਿ ਤੁਸੀਂ ਖੁਦ ਦੱਸੋ ਤੁਸੀਂ ਰੀਸੈਂਟਲੀ ਏਸ਼ੀਆ ਰਿਕਾਰਡ ਕਾਇਮ ਕੀਤਾ ਹੈ ਹਾਂਜੀ ਜੀ ਮੈਂ ਮੈਂ ਰੀਸੈਂਟਲੀ ਏਸ਼ੀਆ ਰਿਕਾਰਡ ਕਾਇਮ ਕੀਤਾ ਹੈ ਸਕੀਪਿੰਗ ਦੇ ਵਿੱਚ ਜੀ ਤੇ ਮੈਂ 1 ਮਿੰਟ ਦੇ ਵਿੱਚ 285 ਵਾਰ ਸਕਿੱਪ ਕਰਕੇ ਰੋਪ ਸਕਿੱਪ ਕਰਕੇ ਇਹ ਰਿਕਾਰਡ ਬਣਾਇਆ ਹੈਗਾ ਆ 285 ਹਾਂਜੀ 1 ਮਿੰਟ ਦੇ ਵਿੱਚ 1 ਮਿੰਟ ਦੇ ਵਿੱਚ ਮੇਰਾ ਬੋਡੀ weight ਹੈਗਾ ਜੀ 115 ਕਿਲੋ 115 ਕਿਲੋ ਹਾਂਜੀ ਓਕੇ ਮਤਲਬ this is really appreciable ਬਹੁਤ ਕਾਬਿਲ ਹੈ ਤਾਰੀਫ ਹੈ ਤੁਹਾਨੂੰ ਬਹੁਤ ਮਿਹਨਤ ਕਰਨੀ ਪਈ ਹੋਏਗੀ ਹਾਂਜੀ ਮੈਂ ਬਿਲਕੁਲ ਬਹੁਤ ਮਿਹਨਤ ਕਰਨੀ ਪਈ ਹੈ ਜੀ ਮੈਂ 2006 ਤੋਂ 2005 6 ਤੋਂ ਲਗਾਤਾਰ ਪ੍ਰੈਕਟਿਸ ਕਰ ਰਹੇ ਹਾਂ ਜੀ 115 ਕਿਲੋ weight 1 ਮਿੰਟ ਦੇ ਵਿੱਚ 285 ਸਟੈਪਸ ਤੁਸੀਂ ਜਿਹੜੇ ਆ ਉਹ ਕਵਰ ਕੀਤੇ ਨੇ that's really great and wonderful اچھا 2006 ਤੋਂ ਤੁਸੀਂ ਸ਼ੁਰੂ ਕੀਤਾ ਸਕੀਪਿੰਗ ਦਾ ਪ੍ਰੈਕਟਿਸ ਕਰਨਾ ਨਹੀਂ ਮੈਂ ਮੈਂ ਬਾਕਸਿੰਗ ਸਟਾਰਟ ਕੀਤੀ ਸੀਗੀ 2006 ਦੇ ਵਿੱਚ ਅ ਕਿਹ ਇਸ ਲੈਵਲ ਤੋਂ ਨਹੀਂ ਮੈਂ ਬਾਕਸਿੰਗ ਸਟਾਰਟ ਕੀਤੀ ਸੀ ਮੈਂ ਤਿੰਨ ਬਾਰ ਸਟੇਟ ਖੇਡਿਆ ਹੈਗਾ ਤਿੰਨ ਬਾਰ ਸਟੇਟ ਤੋਂ ਮੇਰਾ ব্রੌਂਜ਼ ਮੈਡਲ ਸੀ ਫੂਲ ਲੈਵਲ ਤੇ ਨਹੀਂ ਮੈਂ ਕਾਲਜ ਲੈਵਲ ਤੋਂ ਕੀਤੀ ਸੀ ਹਾਂ ਜੀ ਕਾਲਜ ਲੈਵਲ ਤੋਂ ਸਟਾਰਟ ਕੀਤਾ ਹਾਂ ਜੀ ਓਕੇ ਤੇ ਮੈਂ ਤਿੰਨ ਬਾਰ ਸਟੇਟ ਤੋਂ ব্রੌਂਜ਼ ਮੈਡਲ ਹੈਗਾ ਤਿੰਨ ਬਾਰ ਮੈਂ ਇੰਟਰ ਕਾਲਜ ব্রੌਂਜ਼ ਮੈਡਲ ਹੈਗਾ ਬਾਕਸਿੰਗ ਦੇ ਵਿੱਚ ਫਿਰ ਮੈਂ ਰਸ਼ੀਆ ਚਲਾ ਗਿਆ ਜੀ ਉੱਥੋਂ ਮੇਰਾ ਰਸ਼ੀਆ ਹੀ ਕਿਉਂ ਕਿਉਂਕਿ ਉਹਨੇ ਮੈਨੂੰ ਆਫਰ ਕੀਤਾ ਸੀ ਮੈਮ ਹਾਂਜੀ ਕਿ ਤੁਸੀਂ ਸਾਡੀ ਕੰਟਰੀ ਦੇ ਵਿੱਚ ਆਓ ਹਾਂ ਤੇ ਅਸੀਂ ਰਸ਼ੀਆ ਨਾਲ ਇੱਕ ਛੋਟੀ ਕੰਟਰੀ ਹੈ ਬੈਲਾਰੂਸ ਰਸ਼ੀਆ ਦਾ ਹੀ ਪਾਰਟ ਹੈ ਜੀ ਤੇ ਉਹਨੇ ਮੈਨੂੰ ਆਫਰ ਕੀਤਾ ਸੀ ਕਿ ਤੁਸੀਂ ਸਾਡੀ ਕੰਟਰੀ ਦੇ ਵਿੱਚ ਆਓ ਤੇ ਸਾਡੇ ਵੱਲੋਂ ਖੇਡੋ ਪ੍ਰੈਕਟਿਸ ਕਰੋ ਫਿਰ ਮੈਂ ਉੱਥੇ ਗਿਆ ਉੱਥੇ 2019 ਦੇ ਵਿੱਚ 올 ਯੂਰੋਪੀਅਨ ਯੂਨੀਵਰਸਿਟੀ ਅਰਮਾਜਾ ਕੱਪ ਹੋਇਆ ਸੀ ਬੌਕਸਿੰਗ ਦਾ ਉੱਥੇ ਮੇਰਾ 골ਡ ਮੈਡਲ ਸੀਗਾ ਉੱਥੇ ਮੈਂ 160 ਕਿਲੋ ਦੇ ਬੌਕਸਰ ਨੂੰ ਹਰਾ ਕੇ 골ਡ ਮੈਡਲ ਜਿੱਤੇ ਸੀ ਜੀ अच्छा ਤੁਸੀਂ ਆਪਣੇ ਮੈਡਲਸ ਨਾਲ ਲੈ ਕੇ ਆਇਓ? ਹਾਂਜੀ ਮੈਮ। ਤੁਸੀਂ ਮੈਡਲ ਦਿਖਾ ਕੇ ਮੈਨੂੰ ਦੱਸੋ ਕਿ ਕਿਹੜਾ ਮੈਡਲ ਤੁਹਾਨੂੰ ਕਿਸ ਵਕਤ ਮਿਲਿਆ। ਜੀ ਮੈਮ ਇਹ 골ਡ ਮੈਡਲਸ ਨੇ ਤੁਹਾਡੇ ਰਾਈਟ। ਜਿਹੜਾ ਮੈਂ ਰਿਕਾਰਡ ਅਟੈਂਪਟ ਕੀਤਾ ਏਸ਼ੀਆ ਦਾ, ਇੰਡੀਆ ਦਾ। ਇਹ ਇੰਡੀਆ ਦਾ ਮੈਡਲ ਹੈ ਇੰਡੀਆ ਬੁੱਕ ਆਫ ਰਿਕਾਰਡ ਵੱਲੋਂ। ਓਕੇ। ਹਾਂਜੀ। ਤੇ ਜਿਹੜਾ ਏਸ਼ੀਆ ਦਾ ਰਿਵਾਰਡ ਉਹ ਮੈਨੂੰ ਹਜੇ ਆਉਣਾ ਆਇਆ ਨਹੀਂ 15-20 ਦਿਨ ਦਾ ਟਾਈਮ ਮੰਗਿਆ ਹੋਇਆ। ਜੀ। ਹਾਂਜੀ ਇਹ ਮੇਰਾ 골ਡ ਮੈਡਲ ਬਾਕਸਿੰਗ ਦਾ। ਓਕੇ। ਜਿਹੜਾ ਮੈਨੂੰ ਰਸ਼ੀਆ ਤੋਂ ਮਿਤੇ ਸੀਗਾ। ਓਕੇ। ਹਾਂਜੀ। ਕੀ ਹੈਗੀ ਐ ਮੈਂ। ਅੱ ਸੋ ਜਦੋਂ ਤੁਸੀਂ ਪੰਜਾਬ ਨੂੰ ਇੰਡੀਆ ਨੂੰ ਰਿਪਰੈਜ਼ੈਂਟ ਕਰ ਰਹੇ ਸੀ ਉੱਥੇ ਹਾਂਜੀ ਤੇ ਕਦੀ ਐਦਾਂ ਨਹੀਂ ਹੋਇਆ ਕਿ ਪ੍ਰੈਕਟਿਸ ਦੇ ਦੌਰਾਨ ਜਾਂ ਕੁਝ ਵਕਤ ਦੇ ਦੌਰਾਨ ਤੁਸੀਂ ਕਿਤੇ ਨਾ ਕਿਤੇ ਮਾਇੂਸ ਹੋਏ ਹੋਵੋ ਮੈਂ ਮਿੱਦਾਂ ਦਾ ਕੁਝ ਨਹੀਂ ਹੋਇਆ ਕਦੇ ਮਾਇੂਸ ਨਹੀਂ ਹੋਏ ਪਰ ਹੌਸਲੇ ਬੁਲੰਦ ਰੱਖਿਆ ਜੀ ਹਮੇਸ਼ਾ ਸਾਥ ਕਿਹਦਾ ਬਣਿਆ ਰਿਹਾ ਪੂਰੀ ਜਰਨੀ ਦੇ ਵਿੱਚ ਜਰਨੀ ਦੇ ਵਿੱਚ ਸਾਥ ਮੇਰੇ ਪੇਰੈਂਟਸ ਦਾ ਮੇਰੇ ਬ੍ਰਦਰ ਸੰਦੀਪ ਪੌਜਲਾ ਦਾ ਅੱਛਾ ਹਾਂਜੀ ਮੇਰੇ ਫਰੈਂਡਸ ਹੈਗੇ ਆ ਇਕਬਾਲ ਕਮਾ ਜੀ ਹਾਂਜੀ ਨਿਤਨ ਹੈਗਾ ਤੇ ਪਰਿੰਦਰ ਮਨਦਰਮਸਾਨੀ کافی ਫਰੰਡ ਬਾਕੀ ਹੈਗੇ ਆ ਜੀ ਸਾਰਿਆਂ ਨੂੰ ਬਹੁਤ ਸਾਰਾ ਦਿੱਤਾ ਮੇਰਾ ਜੀ ਤੇ ਜਦੋਂ ਤੁਸੀਂ 2006 ਦੇ ਵਿੱਚ ਸਟਾਰਟ ਕੀਤਾ ਸੀਗਾ ਜਦੋਂ ਤੁਸੀਂ ਸਟੇਟ ਲੈਵਲ ਤੇ ਜਾਂ ਨੈਕਸਟ ਲੈਵਲ ਤੇ ਖੇਡੇ ਹੋ ਹੈਨਾ ਨੈਸ਼ਨਲੀ ਵੀ ਖੇਡੇ ਹੋ ਨਹੀਂ ਮੈਂ ਮੈਂ ਸਟੇਟ ਤੇ ਖੇਡੇ ਸੀਗਾ ਬਾਅਦ ਵਿੱਚ ਬਾਹਰ ਚੱਲੇ ਗਿਆ ਸਮਿਆਂ ਤੇ ਓਕੇ ਤੇ ਜਦੋਂ ਤੁਸੀਂ ਰਸ਼ੀਆ ਤੋਂ ਵਾਪਸ ਆਏ ਹੋ ਤੇ ਤੁਹਾਨੂੰ ਉਸ ਵਕਤ ਇਹ ਨਹੀਂ ਲੱਗਾ ਕਿ ਇਹ ਨੂੰ ਮੈਂ ਇੱਥੇ ਹੀ ਰਹਿ ਕੇ ਕੰਟੀਨਿਊ ਕਰਾਂ ਹਾਂਜੀ ਮੈਨੂੰ ਇਦਾਂ ਲੱਗਾ ਸੀਗਾ ਬਟ ਫਿਰ ਮੈਂ ਸੋਚਿਆ ਕਿ ਉਹਨਾਂ ਆਪਣੇ ਇੰਡੀਆ ਲਈ ਕੀਤਾ ਜਾਵੇ ਮੈਂ ਇੰਡੀਆ ਹਾਂਜੀ ਮੈਂ ਅਸਲ ਉੱਥੇ ਰਹਿ ਕੇ ਮੇਰੇ ਫਰੈਂਡਸ ਕਹਿ ਰਹੇ ਸੀ ਕਿ ਤੂੰ ਇੱਥੇ ਰਹਿ ਕੇ ਕਰ ਅਸੀਂ ਤੁਹਾਨੂੰ ਸਾਰੀ ਫੈਸਿਲਿਟੀ ਦਿੰਨੇ ਹੈਗੇ ਆ ਮੇਰੇ ਯੂਨੀਵਰਸਿਟੀ ਕੈਰੀ ਸੀਗੀ ਬਟ ਮੈਂ ਇੰਡੀਆ ਆਇਆ ਤੇ ਮੈਂ ਸੋਚਿਆ ਮੈਂ ਇੰਡੀਆ ਲਈ ਹੀ ਕਰਾਂਗਾ ਅੱਛਾ ਸਕੀਪਿੰਗ ਦਾ ਬਾਕਸਿੰਗ ਦੇ ਵਿੱਚ ਕਾਫੀ ਇੰਪੋਰਟੈਂਟ ਪਲੇ ਰੋਲ ਕਰਦਾ ਹੈ ਹੈਨਾ ਸਕੀਪਿੰਗ ਤੇ ਇਸ ਕਰਕੇ ਤੁਸੀਂ ਸਕੀਪਿੰਗ ਦੀ ਪ੍ਰੈਕਟਿਸ ਕਰਕੇ ਹੋਨੇ ਆ ਰੀਸੈਂਟਲੀ ਰਿਕਾਰਡ ਦੇ ਲਈ ਤਿਆਰੀ ਕੀਤੀ ਹਾਂ ਜੀ ਮੈਮ ਬਾਕਸਿੰਗ ਦੇ ਵਿੱਚ ਸਕੀਪਿੰਗ ਦਾ ਕੈਮ ਰੋਲ ਹੈ ਸਟੈਮਿਨਲ ਹੀ ਤੁਹਾਨੂੰ ਸਕੀਪਿੰਗ ਕਰਨੀ ਪੈਂਦੀ ਹੈ ਜੀ ਮੈਂ 2006 ਤੋਂ ਸਕੀਪਿੰਗ ਕਰ ਰਿਹਾ ਸੀਗਾ ਜਦੋਂ 2006 ਤੇ 6 ਚ ਕੀਤੀ ਸੀ ਉਦੋਂ ਉਹ ਉਦੋਂ ਕਿੰਨਾ ਕੁ ਕਰ ਲੈਂਦੇ ਸੀ ਤੁਸੀਂ ਕਿੰਨੇ ਮੈਨੇਜ वैसे मैं नॉर्मली ਕਰਦਾ ਸੀਗਾ ਬਟ ਡੇ ਬਾਏ ਡੇ ਪ੍ਰੈਕਟਿਸ ਦੇ ਨਾਲ ਮੈਂ ਸਪੀਡ ਕਾਫੀ ਹੋ ਗਈ ਤੇ ਮੈਂ ਇੱਕ ਦਿਨ ਸਕੀਪਿੰਗ ਕਰ ਰਿਹਾ ਸੀਗਾ ਤੇ ਮੇਰੇ ਫਰੈਂਡ ਨੇ ਮੈਨੂੰ ਕਿਹਾ ਕਿ ਤੂੰ ਕਿਉਂ ਨਾ ਆਪ ਇਹਨੂੰ ਰਿਕਾਰਡ ਦੇ ਲਈ ਆਪਾਂ ਅਟੈਂਪਟ ਕਰੀਏ ਸਕੀਪਿੰਗ ਦੇ ਵਿੱਚ ਤੂੰ ਕਾਫੀ ਫਾਸਟ ਕਰਦਾ ਹੂੰ ਮੇਰਾ weight ਵੀ ਜ਼ਿਆਦਾ ਸੀਗਾ ਉਹ ਕਹਿੰਦਾ ਤੇਰਾ weight ਵੀ ਇੰਨਾ ਜ਼ਿਆਦਾ ਹੈ ਤੇ ਤੂੰ ਸਕੀਪਿੰਗ ਜਿਆਦਾ ਕਰਦਾ ਤੇ ਆਪਾਂ ਰਿਕਾਰਡ ਲਈ ਅਟੈਂਪਟ ਕਰਦੇ ਹਾਂ ਹਾਂਜੀ ਤੇ ਰਾਈਟ ਨਾਓ ਤੁਹਾਡਾ weight ਕਿੰਨਾ ਹੈ ਰਾਈਟ ਨਾਓ ਮੇਰਾ 116 116 ਕਿਲੋ ਹਾਂਜੀ ਓਕੇ ਓਕੇ ਤੇ weight ਵਧਾਣਾ ਜਾਂ weight ਘਟਾਉਣਾ ਹੈਨਾ ਯੂਜੂअली ਆਪਾਂ ਸੁਣਦੇ ਹਾਂ ਕਿ ਜਿਹੜੇ ਪਲੇਅਰਸ ਹੁੰਦੇ ਨੇ ਜਾਂ ਫਿਰ ਜੋ ਵੀ weight lifting ਵਗੈਰਾ ਕਰਦੇ ਨੇ ਜਿੰਨਾ ਕਿ ਤੁਸੀਂ ਦੱਸੇਗੇ ਤੁਸੀਂ ਵੀ ਐਜ਼ ਅ ਟ੍ਰੇਨਰ ਕੰਮ ਕਰ ਰਹੇ ਹੋ ਹਾਂਜੀ ਤੇ ਸਿਰਫ ਡਾਈਟ ਔਰ ਐਕਸਰਸਾਈਜ਼ ਸਫੀਸ਼ੀਐਂਟ ਨਹੀਂ ਜਾਂ ਫਿਰ ਸਪਲੀਮੈਂਟਸ ਦਾ ਹੈਲਪ ਲੈਣੀ ਪੈਂਦੀ ਹੈ ਨਹੀਂ ਮੈਂ ਮੈਂ ਕਦੇ ਸਪਲੀਮੈਂਟ ਯੂਜ਼ ਨਹੀਂ ਕੀਤੇ ਹੈਗੇ ਮੈਂ ਨੇਵਰ ਐਵਰ ਨੇਵਰ ਐਵਰ ਮੈਂ ਹਮੇਸ਼ਾ ਨੇਚਰਲ ਡਾਈਟ ਤੇ ਰਹਿਣਾ ਹੈ ਜੀ ਹਾਂਜੀ ਜਦੋਂ ਮੈਂ weight ਲੂਜ਼ ਕਰਨਾ ਹੁੰਦਾ ਹੈ ਆ ਤਮੈਂ ਜਿਆਦਾ ਵੈਜੇਟ ਡਾਈਟ ਲੈਣਾ ਹੈ ਵੈਜ ਹਾਂਜੀ ਜਦੋਂ ਲੂਸ ਕਰਨਾ ਹੈ ਹਾਂਜੀ ਵੈਜੇਟੇਰੀਅਨ ਡਾਈਟ ਲੈਣਾ ਜਦੋਂ ਮੈਂ ਗੇਨ ਕਰਨਾ ਹੁੰਦਾ ਫਿਰ ਜਿਆਦਾ ਨਾਨ ਵੈਜ ਡਾਈਟ ਲੈਣਾ ਅੱਛਾ ਵੈਸੇ ਨਾਰਮਲੀ ਤੁਹਾਡੀ ਡਾਈਟ ਕੀ ਰਹਿੰਦੀ ਹੈ ਨਾਰਮਲੀ ਮੈਮ ਡਾਈਟ ਮੇਰੀ ਹੈਗੀ ਆ ਜਿਆਦਾ ਐਗਸ ਹੋ ਗਏ ਹਾਂਜੀ ਨਾਨ ਵੈਜ ਹੋ ਗਿਆ ਚਿਕਨ ਹੋ ਗਿਆ ਫਿਸ਼ ਹੋ ਗਿਆ ਤੇ ਫਰੂਟਸ ਹੋ ਗਏ ਜਿਆਦਾ ਇਹੀ ਹੈ ਤੇ ਤੁਹਾਡਾ ਬੇਸਿਕਲੀ ਇਨਕਮ ਸੋਰਸ ਕੀ ਹੈ ਕਿਉਂਕਿ ਬਹੁਤ ਸਾਰੇ ਲੋਕ ਜੋ ਇਸ ਚੀਜ਼ ਦੇ ਵਿੱਚ ਆਪਣੇ ਆਪ ਨੂੰ ਮੇਨਟੇਨ ਰੱਖਣਾ ਚਾਹੁੰਦੇ ਨੇ ਤੇ ਇਹ ਆ ਇਹ ਨਾਲ ਸਭ ਚੀਜ਼ਾਂ ਨੂੰ ਮੇਨਟੇਨ ਕਰਨ ਦੇ ਲਈ ਸਪੈਸੀਫਿਕਲੀ ਡਾਈਟ ਨੂੰ ਹੈਨਾ ਇੱਕ ਅੱਛਾ ਤੁਹਾਡਾ ਕਮਾਈ ਦਾ ਸਾਧਨ ਹੋਣਾ ਚਾਹੀਦਾ ਸੋ ਦੈਟ ਤੁਸੀਂ ਸਾਰੀਆਂ ਚੀਜ਼ਾਂ ਨੂੰ ਪ੍ਰੋਪਰਲੀ ਮੇਨਟੇਨ ਕਰ ਸਕੋ ਹੈਨਾ ਸੋ ਇਨਕਮ ਸੋਰਸ ਕੀ ਹੈ ਤੁਸੀਂ ਕੁਝ ਜੌਬ ਵਗੈਰਾ ਵੀ ਜੀ ਮੈਮ ਇਨਕਮ ਸੋਰਸ ਇਦਾਂ ਹੈ ਕਿ ਮੈਂ ਡਾਈਟ ਪਲਾਨਸ ਦਿੰਦਾ ਹੈਗਾ ਪੇਡ ਦਿੰਦਾ ਹੈਗਾ ਤੇ ਹਾਂਜੀ ਤੇ ਮੇਰੇ ਕਾਫੀ ਕਲਾਇੰਟਸ ਹੈਗੇ ਆ ਅੱਛੀ ਖਾਸੀ ਕਮਾਈ ਦਿੰਦੀ ਹੈ ਹਾਂਜੀ ਹੁੰਦਾ ਹੈਗਾ ਤੇ ਬਾਕੀ ਮੇਰੇ ਪੇਰੈਂਟਸ ਸਪੋਰਟ ਕਰਦੇ ਆ ਮੇਰਾ ਬ੍ਰਦਰ ਸਪੋਰਟ ਕਰਦਾ ਸੰਦੀਪ ਕੀ ਕਰਦੇ ਨੇ ਉਹ ਮੇਰਾ ਬ੍ਰਦਰ ਸੰਦੀਪ ਕੈਨੇਡਾ ਦੇ ਵਿੱਚ ਆ। ਅੱਛਾ ਜੀ। ਮੇਰੇ ਫਾਦਰ ਸਾਹਿਬ ਰਿਟਾਇਰਡ ਹੋਏ ਐ ਐਸਬੀਆਈ ਸਟੇਟ ਬੈਂਕ ਆਫ ਇੰਡੀਆ ਤੋਂ। ਓਕੇ। ਹਾਂਜੀ। ਤੇ ਬ੍ਰਦਰ ਇਹ ਨਹੀਂ ਕਹਿੰਦੇ ਵੀ ਕੈਨੇਡਾ ਆ ਜਾ ਇੱਥੇ ਸੈੱਟ ਹੋ ਜਾਂਦੇ ਆ। ਹਾਂਜੀ ਉਹ ਤਾਂ ਕਹਿੰਦੇ ਹੈਗੇ ਆ ਜਾਵਾਂਗੇ ਕੈਨੇਡਾ ਵੀ ਹਾਂਜੀ ਜਦੋਂ ਟਾਈਮ ਮਿਲੇ ਆ। ਹਾਂਜੀ। ਆ ਕੁਮਨ ਤੌਰ ਤੇ ਜਾਣਾ ਜਾਂ ਉੱਥੇ ਵੀ ਮਾਈਂਡ ਸੈਟ ਕੀਤਾ ਹੋਇਆ ਹੈ ਕਿ ਜਦੋਂ ਕੋਈ ਐਡਾ ਦਾ ਐਕਟੀਵਿਟੀ ਹੋਏਗੀ ਤੇ ਉੱਥੇ ਮੈਂ ਰਿਕਾਰਡ ਬਣਾਣੀ ਜਾਣਾ ਹੈ। ਹਾਂਜੀ ਮੈਂਮ ਦੇਖੋ ਜਿੱਦਾਂ ਵੀ ਹੁੰਦਾ ਹੈਗਾ ਬਟ ਮੈਂ ਰਿਕਾਰਡ ਤਾਂ ਬਣਾਵਾਂਗਾ ਹੋਣਾ ਜੀ 월ਡ ਰਿਕਾਰਡ ਲਈ ਮੈਂ ਆਪਣਾ ਅਟੈਂਪਟਾਂ ਦੀ ਕੋਸ਼ਿਸ਼ ਕਰਾਂਗਾ 월ਡ ਰਿਕਾਰਡ ਦੇ ਲਈ ਹਾਂ ਜੀ ਰੀਸੈਂਟਲੀ ਤੁਸੀਂ ਏਸ਼ੀਆ ਦੇ ਲਈ ਕੀਤਾ ਹੈ ਨਾ ਸੋ ਹੁਣ ਗਿਨੀਸ ਦੇ ਲਈ ਤਿਆਰੀ ਜਿਹੜੀ ਤੁਸੀਂ ਕਰਨੀ ਹੈ ਸਟਾਰਟ ਉਹਦੇ ਲਈ ਕੀ ਸਪੈਸੀਫਿਕਲੀ ਤੁਸੀਂ ਪੁਆਇੰਟਰਸ ਰੱਖੇ ਹੋਏ ਨੇ ਕਿ ਅਸੀਂ ਸਾਹਬ ਦੇ ਨਾਲ ਪ੍ਰੋਸੈਸ ਕਰਨਾ ਹੈ ਉਸ ਤਿਆਰੀ ਦਾ ਮੈਂ ਪ੍ਰੋਸੈਸ ਇਦਾਂ ਹੈ ਕਿ ਮੈਂ ਪ੍ਰੈਕਟਿਸ ਆਪਣੀ ਹੋਰ ਮੰਨ ਲਓ ਬਦਾ ਦਿੱਤੀ ਹੈਗੀ ਆ ਜਿੱਦਾਂ ਮੈਂ ਪਹਿਲਾਂ 1.5 ਘੰਟਾ ਕਰਦਾ ਸੀਗਾ ਹੁਣ ਮੈਂ ਉਹਨੂੰ ਵਧਾ ਕੇ 2.5 3 ਘੰਟੇ ਮੈਂ ਡੇਲੀ ਕਰਾਂਗਾ ਜੀ ਪ੍ਰੈਕਟਿਸ ਉਹਦੀ ਹਾਂਜੀ ਤੇ ਉਸ ਟੈਂਪ ਨੂੰ ਅਚੀਵ ਕਰਨ ਦੇ ਲਈ ਵੋਲਡ ਰਿਕਾਰਡ ਨੂੰ ਬਹੁਤ ਜ਼ਿਆਦਾ ਮਿਹਨਤੀ ਲੋੜ ਹੈ ਤੇ ਉਹ ਮੈਂ ਕਰਾਂਗਾ ਜੀ ਜਿਹੜਾ ਹੁਣੇ ਤੁਸੀਂ ਰੀਸੈਂਟਲੀ ਜਿੱਤੇ ਹੋ ਹੈਨਾ ਇਹ ਮੁਕਾਬਲਾ ਤੁਹਾਡਾ ਕਿਹਦੇ ਨਾਲ ਸੀਗਾ ਐਂਡ ਚ ਜਿਹੜਾ ਸੀਗਾ ਮੈਂ ਮੁਕਾਬਲਾ ਜਿਹੜਾ ਇਹ ਰਿਕਾਰਡ ਸੀਗਾ ਇੱਕ ਇੰਗਲੈਂਡ ਦਾ ਵੋਲਟਰ ਨਾਮ ਦਾ ਪਲੇਅਰ ਸੀਗਾ ਇੰਗਲੈਂਡ ਦਾ ਹਾਂਜੀ ਉਹਦਾ 96kg weight ਸੀਗਾ ਤੇ ਉਹਨੇ 1 ਮਿੰਟ ਦੇ ਵਿੱਚ 232 ਵਾਰ ਕੀਤਾ ਸੀਗਾ 1 ਮਿੰਟ 232 ਵਾਰ ਹਾਂਜੀ ਤੇ ਮੈਂ ਮੈਮ 1 ਮਿੰਟ ਦੇ ਵਿੱਚ 285 ਵਾਰ ਕੀਤਾ ਤੇ ਮੇਰਾ weight 115kg ਆ ਅੱਛਾ ਜੀ ਤੇ ਹੁਣ ਜਿਹੜਾ ਹੈਗਾ ਉਹਦੀਆਂ ਟਰਮਸ ਕਲੀਅਰ ਨੇ हां जी मैम ਉਹਨਾਂ ਦੀ ਮੈਨੂੰ ਮੇਲ ਆ ਗਈ ਸੀਗੀ ਅੱਛਾ ਹਾਂ ਜੀ ਗਿਨਿਸ ਬੁੱਕ ਉਹ ਬਾਲ ਰਿਕਾਰਡ ਦੀ ਕਿ ਤੁਸੀਂ ਆਪਣੀ ਤਿਆਰੀ ਕਰੋ ਅਸੀਂ ਤੁਹਾਨੂੰ 3 ਕੁ ਮਹੀਨੇ ਦੇ ਅੰਦਰ ਮਤਲਬ ਕਿ ਮਿਲਦੇ ਆ ਕਿ ਹਾਂ ਜੀ ਓਕੇ ਤੇ ਜਦੋਂ ਤੁਸੀਂ ਸ਼ੁਰੂਆਤ ਕੀਤਾ ਸੀ ਸ਼ੁਰੂਆਤ ਕੀਤੀ ਸੀ ਹੈਨਾ ਬਿਲਕੁਲ ਉਦੋਂ ਕਲੀਅਰ ਸੀਗਾ ਕਿ ਪ੍ਰੋਫੈਸ਼ਨਲੀ ਮੈਦਰ ਨਹੀਂ ਹੋ ਜਾਵਾਂਗਾ ਇੱਕ ਦਿਨ ਹਾਂ ਜੀ ਮੈਂ ਮੇਰੇ ਪਹਿਲਾਂ ਤੋਂ ਹੀ ਸ਼ੌਂਕ ਸੀਗਾ ਹਾਂ ਜੀ ਗੇਮ ਦੇ ਵਿੱਚ ਤੇ ਮੇਰਾ ਪਿੰਡ ਹੈਗਾ ਔਜਲਾ ਟੱਕ ਜੇਲਾ ਜਲੰਧਰ ਦੇ ਵਿੱਚ ਪੈਂਦਾ ਹੈਗਾ ਆ ਤੇ ਮੇਰੇ ਪੇਰੈਂਟਸ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ ਹੈਗੀ ਆ ਕਿ ਤੂੰ ਗੇਮ ਕਰਨੀ ਚਾਹੁੰਦਾ ਤੂੰ ਗੇਮ ਕਰ ਕੋਈ ਗੱਲ ਨਹੀਂ ਆਪਾਂ ਤੇਰੇ ਨਾਲ ਆ ਅੱਛਾ ਵਕਤ ਇੱਕੋ ਜਿਹਾ ਚੱਲਦਾ ਆ ਰਿਹਾ ਬਚਪਨ ਤੋਂ ਲੈ ਕੇ ਹੁਣ ਤੱਕ ਜਾਂ ਫਿਰ ਬਚਪਨ ਦੇ ਵਿੱਚ ਕੁਝ ਸਹਿਨ ਵੀ ਕੀਤਾ ਕਿਉਂਕਿ ਕਈ ਵਾਰ ਸਾਡੇ weight ਨੂੰ ਲੈ ਕੇ ਜਾਂ ਸਾਡੀ activities ਨੂੰ ਲੈ ਕੇ ਕੋਈ ਛੇੜਨ ਕਰਕੇ ਜਾਂ ਕੁਝ ਵੀ ਪਿੰਡਾਂ ਵਿੱਚ ਛੇੜ ਪਾ ਦਿੰਦੇ ਨੇ ਉਸ ਟਾਈਮ ਤੇ ਬਹੁਤ ਬੁਰਾ ਲੱਗਦਾ ਹੈ ਕੁਝ ਜਾਂ ਕੋਈ ਰਿਸ਼ਤੇਦਾਰ ਟੇਜ਼ ਕਰਦੇ ਨੇ ਕਿ ਇੰਨੇ ਕੁਝ ਨਹੀਂ ਕਰਨਾ ਇਹ ਤੇ ਐਵੇਂ ਲੱਗਿਆ ਪਿਆ ਇਨਫੈਕਟ ਹੁਣ ਵੀ ਹੈਨਾ ਸੋ ਇਹ ਚੀਜ਼ਾਂ ਵੀ ਕਦੀ ਫੇਸ ਕੀਤੀਆਂ ਨੇ ਮੈਂ ਬਹੁਤ ਕੁਝ ਫੇਸ ਕੀਤਾ ਹਾਂ ਜੀ ਕਾਫੀ ਜਿਵੇਂ ਕਾਫੀ ਕੁਝ ਸੁਣਨ ਨੂੰ ਮਿਲਦਾ ਹੈ ਕਈ ਵਸੇ ਮੈਨੂੰ ਲੱਗਾ ਹੋਇਆ ਕੀ ਕਰਨਾ ਹੈ ਕੁਝ ਨਹੀਂ ਕਰਨਾ ਬਸ ਐਵੇਂ ਗੱਲਾਂ ਹੀ ਆ ਬਟ ਹੁਣ ਏਦਾਂ ਹੁਣ ਅਚੀਵ ਕੀਤਾ ਕੁਝ ਤੇ ਸਾਰਿਆਂ ਦੇ ਮੂੰਹ ਬੰਦ ਹੋ ਗਿਆ ਜੀ ਸਾਰਿਆਂ ਦੀ ਨਜ਼ਰਾਂ ਔਰ ਤਰੀਕੇ ਬਦਲ ਜਾਂਦੇ ਨੇ ਬਦਲ ਜਾਂਦੇ ਹਾਂ ਜੀ ਜੀ ਤੇ ਹੁਣ ਜ਼ਿੰਦਗੀ ਚ ਸੋਚਿਆ ਕੀ ਹੈ ਤੁਸੀਂ ਬੇਸਿਕਲੀ ਏਦਾਂ ਹੀ ਰਿਕਾਰਡ ਤੇ ਰਿਕਾਰਡ ਬਣਾਣੇ ਨੇ ਮੈਮ ਜ਼ਿੰਦਗੀ ਇਸ ਪਹਿਲਾਂ ਤੇ ਹੀ ਸੋਚਿਆ ਕਿ ਪਹਿਲਾਂ ਮੈਂ ਵਰਲਡ ਰਿਕਾਰਡ ਬਣਾਉਣਾ ਚਾਹੁੰਨਾ ਜੀ ਤੇ ਵਰਲਡ ਰਿਕਾਰਡ ਇੱਕ ਏਦਾਂ ਦਾ ਹੈਗਾ ਕਿ ਜਦੋਂ ਰਹਿਣ ਦੀ ਦੁਨੀਆ ਤੱਕ ਨਾਮ ਰਹੇਗਾ ਜੀ ਹਾਂ ਜੀ ਉਹਦੇ ਵਿੱਚ ਮੇਰਾ ਇਹੀ ਡ੍ਰੀਮ ਹੈਗਾ ਕਿ ਪਹਿਲਾਂ ਉਹ ਅਚੀਵ ਕਰਾਂ ਮੈਂ ਜੀ ਪੜਾਈ ਚ ਸ਼ੁਰੂ ਤੋਂ ਵਧੀਆ ਰਹੇ ਹੋ ਪੜਾਈ ਮੈਮ ਵਧੀਆ ਨਹੀਂ ਰਹੇ ਮੈਂ ਠੀਕ ਰਹਾਂ ਜਿੰਨਾ ਮੈਂ ਮਾੜਾ ਕਹਿ ਸਕਦਾ ਨਾ ਵਧੀਆ ਬਟ ਠੀਕ ਰਹਾਂ ਅੱਛਾ ਵੈਸੇ ਮੈਂ ਸੁਣਿਆ ਹੈ ਕਿ ਜਿਹੜੇ ਸਪੋਰਟਸ ਦੇ ਵਿੱਚ ਬੱਚੇ ਹੁੰਦੇ ਨੇ ਕੁੜੀਆਂ ਜਾਂ ਮੁੰਡੇ ਇਹਨਾਂ ਨੂੰ ਬਹੁਤ ਐਡਵਾਂਟੇਜ ਮਿਲਦਾ ਹੈ ਇਹਨਾਂ ਦੀ ਅਟੈਂਡੈਂਸ ਦਾ ਚੱਕਰ ਨਹੀਂ ਐਨਾ ਕੋਈ ਖਾਸਾ ਹੁੰਦਾ ਇਹਨਾਂ ਨੂੰ ਐਕਸਟਰਾ ਮਾਰਕਸ ਵੀ ਮਿਲਦੇ ਨੇ ਐਦਾਂ ਦੇ ਐਡਵਾਂਟੇਜਸ ਤੁਹਾਨੂੰ ਵੀ ਮਿਲ ਰਹੇ ਨੇ ਤੇ ਮੈਮ ਐਦਾਂ ਦਾ ਕੁਝ ਨਹੀਂ ਹੁੰਦਾ ਹੈਗਾ ਬਟ ਇਹ ਹੈਗਾ ਆ ਕਿ ਹਾਂਜੀ ਅਟੈਂਡੈਂਸ ਦੇ ਵਿੱਚ ਥੋੜਾ ਹੋ ਜਾਂਦਾ ਆ ਬਟ ਮਾਰਕਸ ਦੇ ਵਿੱਚ ਐਦਾਂ ਦਾ ਕੁਝ ਨਹੀਂ ਹੁੰਦਾ ਕਿਉਂਕਿ ਤੁਹਾਡਾ ਸਾਰੇ ਮਾਰਕਸ ਯੂਨੀਵਰਸਿਟੀ ਤੋਂ ਹੀ ਆਉਣੇ ਹੁੰਦੇ ਆ ਹਾਂਜੀ ਤੇ ਜਦੋਂ ਤੁਸੀਂ ਇੱਥੇ ਕਾਲਜ ਵਿਚ ਸੀਗੇ ਹੈਨਾ ਤੇ ਇਧਰ ਦੇ ਸਕੂਲਾਂ ਕਾਲਜੇਸ ਦੇ ਵਿੱਚ ਜੇ ਦੇਖਿਆ ਜਾਵੇ ਤੇ ਰਸ਼ੀਆ ਦਾ ਮਾਹੌਲ ਜੇਕਰ ਆਪਾਂ ਇੱਕ ਯੂਨੀਵਰਸਿਟੀ ਦੀ ਜਾਂ ਕਾਲਜ ਦੀ ਗੱਲ ਕਰੀਏ ਕਿਹੋ ਜਿਹਾ ਮਾਹੌਲ ਹੁੰਦਾ ਮਾਹੌਲ ਮੈਂ ਫਰਕ ਉੱਥੇ ਡਿਫਰੈਂਸ ਇਹੀ ਹੈ ਕਿ ਰਸ਼ੀਆ ਦੇ ਵਿੱਚ ਬਹੁਤ ਓਪਨ ਮਾਹੌਲ ਹੈ ਹਾਂਜੀ ਉਹ ਤੁਹਾਨੂੰ ਕਿਸੇ ਕੰਮ ਕੰਦ ਰੋਕਦੇ ਨਹੀਂ ਹੈਗੇ ਜੇ ਤੁਸੀਂ ਗੇਮ ਕਰਨੀ ਚਾਹੁੰਦੇ ਹੋ ਤੁਸੀਂ ਕੋਈ ਭਾਵੇਂ ਵਧੀਆ ਪਲੇਅਰ ਨਹੀਂ ਹੈਗੇ ਛੋਟੇ ਮੋਟੇ ਪਲੇਅਰ ਆ ਮੈਂ ਤਾਂ ਵੀ سپورਟ ਕਰਨੀ ਹੈ ਅੱਛਾ ਚੀਟਿੰਗ ਚੀਟਿੰਗ ਜਿਹਨੂੰ ਆਪਾਂ ਕਹਿੰਦੇ ਆ ਹੈਨਾ ਇਹ ਇਹ ਯੂਜੂਅਲੀ ਹੁੰਦਾ ਐਨੇ ਲੈਵਲ ਤੇ ਜਾ ਕੇ ਖੇਡਾਂ ਦੀ ਆਪਾਂ ਜੇਕਰ ਗੱਲ ਕਰੀਏ ਨਹੀਂ ਮੈਂ ਚੀਟਿੰਗ ਰਸ਼ੀਆ ਦੇ ਵਿੱਚ ਤਾਂ ਬਾਹਰਲੇ ਫੋਰਨ ਕੰਟਰੀ ਵਿੱਚ ਤਾਂ ਕੁਛ ਇਦਾਂ ਦਾ ਨਹੀਂ ਹੈਗਾ ਹਾਂਜੀ ਉਹ ਤਾਂ ਤੁਹਾਡੇ ਟੈਲੈਂਟ ਦੇ ਉੱਤੇ ਆ ਤੁਹਾਡੀ ਜੋ ਕਾਬਲੀਅਤ ਆ ਜੀ ਉਹਦੇ ਹਿਸਾਬ ਨਾਲ ਤੁਹਾਨੂੰ ਜਜ ਕਰ ਪਾਰਸ਼ੀਅਲਿਟੀ ਨਹੀਂ ਮੈਮ ਇਦਾਂ ਕੁਝ ਨਹੀਂ ਹੋਇਆ ਮੈਂ ਕਦੇ ਕੁਝ ਨਹੀਂ ਦੇਖਿਆ ਇਦਾਂ ਦਾ ਠੀਕ ਹੈ ਕਦੀ ਇਦਾਂ ਦੀ ਵੀ ਕੋਈ ਮਤਲਬ ਕਿ ਮਤਲਬ ਤੁਸੀਂ ਫੇਸ ਨਹੀਂ ਕੀਤਾ ਕਿ ਇਹ ਇੰਡੀਅਨ ਹੈ ਜਾਂ ਇਹ ਪੰਜਾਬ ਦਾ ਲੈਂਗੁਏਜ ਨੂੰ ਲੈ ਕੇ ਜਾਂ ਕਦੀ ਤੁਹਾਨੂੰ ਇਦਾਂ ਦੀ ਕਿਸੇ ਚੀਜ਼ ਦਾ ਸਾਹਮਣਾ ਕਰਨਾ ਪਿਆ ਨਹੀਂ ਮੈਮ ਰਸ਼ੀਆ ਦੇ ਵਿੱਚ ਬੜੇ ਲੋਕ ਫ੍ਰੈਂਡਲੀ ਹੈਗੇ ਆ ਉਹ ਨਹੀਂ ਕੋਈ ਕੁਝ ਮੰਨ ਲਓ ਇਦਾਂ ਦੀ ਕੁਝ ਨਹੀਂ ਹੋਇਆ ਹੈਗਾ ਮੇਰੇ ਨਾਲ ਮਤਲਬ ਹਮੇਸ਼ਾ ਵੈਲਕਮ ਕੀਤਾ ਉਹਨਾਂ ਨੇ ਹਮੇਸ਼ਾ ਵੈਲਕਮ ਕੀਤਾ ਹਾਂਜੀ ਓਕੇ ਤੁਝੋ ਹੁਣ ਤੁਸੀਂ ਜਿੱਤ ਹਾਸਿਲ ਕੀਤੀ ਹੈ ਰਿਕਾਰਡ ਕਾਇਮ ਕੀਤਾ ਹੈ ਸੋ ਸਭ ਤੋਂ ਪਹਿਲੇ ਕਿਹੜੇ ਟੀਚਰ ਦਾ ਆ ਜਾਂ ਕਿਹੜੇ ਤੁਹਾਡੇ ਟ੍ਰੇਨਰ ਦਾ ਤੁਹਾਨੂੰ ਕਾਲ ਵਗੈਰਾ ਆਇਆ ਹਾਂਜੀ ਜਦੋਂ ਮੈਂ ਟੈਂਪ ਕੀਤਾ ਸੀਗਾ ਮੈਨੂੰ ਫੌਰਨ ਜਿਹੜੀ ਮੈਂ ਯੂਨੀਵਰਸਿਟੀ ਪੜ੍ਹਿਆ ਸੀਗਾ ਤੇ ਉੱਥੋਂ ਮੈਨੂੰ ਕਾਲ ਆਈ ਸੀਗੀ ਕਿ ਤੁਸੀਂ ਹੁਣ ਵੋਲਡ ਰਕੋਰ ਟੈਂਪ ਕਰਨਾ ਤੁਸੀਂ ਸਾਡੇ ਇੱਥੇ ਆ ਜਾਓ ਅੱਛਾ ਆਪਾਂ ਤੁਹਾਨੂੰ ਸਾਰੀਆਂ ਫੈਸਿਲਿਟੀ ਦਿੰਨੇ ਹੈਗੇ ਅੱਛਾ ਦੁਬਾਰਾ ਤੋਂ ਇੱਥੇ ਆ ਜਾਓ ਹਾਂਜੀ ਦੁਬਾਰਾ ਇੱਥੇ ਆ ਜਾਓ ਤੇ ਮੈਂ ਉਹਨਾਂ ਨੂੰ ਇਹੀ ਕਿਹਾ ਕਿ ਮੈਂ ਹੁਣ ਇੰਡੀਆ ਰਹਿ ਕੇ ਹੀ ਕਰਾਂਗਾ ਹਾਂਜੀ ਅੱਛਾ ਐਦਾਂ ਕਿਉਂ ਲੇ ਕੇ ਕੋਈ ਖਾਸ ਵਜ੍ਹਾ ਨੇ ਖਾਸ وجہ ਮੈਂ ਹੁਣ ਕੰਟਰੀ ਦੇ ਉੱਪਰ ਤਾਂ ਕੁਝ ਨਹੀਂ ਹੈ ਨਾ ਤੇ ਹੁਣ ਮੈਂ ਇਹੀ ਚਾਹੁੰਦਾ ਕਿ ਇੰਡੀਆ ਦੇ ਵਿੱਚ ਰਹਿ ਕੇ ਇੰਡੀਆ ਦੇ ਲਈ ਖੇਡਣਾ ਤੇ ਫਿਰ ਇੰਡੀਆ ਤੇ ਰਹਿ ਕੇ ਤਿਆਰੀ ਕੀਤੀ ਜਾਣਾ। ਕੀ ਬਾਤ ਹੈ। ਸੋ ਰੱਬ ਕਰੇ ਕਿ ਜ਼ਰੂਰ ਤੁਹਾਡਾ ਜੋ ਸੁਪਨਾ ਹੈ ਮੁਕੰਮਲ ਹੋਵੇ ਜਲਦੀ ਸੋ ਵਸੀ ਹੋ ਜਦੋਂ ਨੈਕਸਟ ਮਿਲੀਏ ਤੇ ਤੁਸੀਂ ਗਿਨੀਸ ਦੇ ਵਿੱਚ ਆਪਣਾ ਨਾਮ ਦਰਜ ਕਰਵਾ ਚੁੱਕੇ ਹੋਵੋ ਤੇ ਮੈਂ ਚਾਹਨੀ ਆ ਕਿ ਸਾਡਾ ਪੰਜਾਬ ਦਾ ਯੂਥ ਦੀ ਜੇਕਰ ਆਪਾਂ ਗੱਲ ਕਰੀਏ ਤੇ ਜਾਂ ਤੇ ਉਹ ਬਾਹਰ ਆਪਣਾ ਫਿਊਚਰ ਦੇਖਦਾ ਉਹਨਾਂ ਨੂੰ ਲੱਗਦਾ ਕਿ ਹੁਣ ਇੱਥੇ ਕੁਝ ਨਹੀਂ ਰਹਿ ਗਿਆ ਜਾਂ ਫਿਰ ਜੋ ਵਿਚਾਰੇ ਅਨ EMPLOYE ਹੈਗੇ ਨੇ ਬੇਰੋਜ਼ਗਾਰ ਲੋਕ ਹੈ ਕਿ ਨੇ ਗਰੀਬ ਘਰਾਂ ਦੇ ਮੁੰਡੇ ਨੇ ਜਾਂ ਕਹਿ ਲੋ ਕਿ ਬਹੁਤੇ ਅਮੀਰ ਘਰਾਂ ਦੇ ਮੁੰਡੇ ਨੇ ਹਨਾ ਤੇ ਉਹ ਨਸ਼ੇ ਵੱਲ ਤੁਰਦੇ ਜਾ ਰਹੇ ਨੇ ਸੋ ਪਲੀਜ਼ ਤੁਸੀਂ ਅਜਿਹੇ ਯੂਥ ਨੂੰ ਇੱਕ ਅਜਿਹਾ ਮੈਸੇਜ ਦਿਓ ਤਾਂ ਕਿ ਉਹ ਵੀ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਸੁਪਨੇ ਲੈਣ ਉਹਨਾਂ ਨੂੰ ਸੁਪਨਿਆਂ ਨੂੰ ਪੂਰਾ ਕਰਨ ਦੇ ਮਗਰ ਦੌੜਨ ਨਾ ਕਿ ਆਪਣੀ ਜ਼ਿੰਦਗੀ ਤੋਂ ਦੌੜਨ ਮੈਂ ਮੈਂ ਤਾਂ ਹੀ ਮੈਸੇਜ ਦੇਣਾ ਜੀ ਕਿ ਤੁਸੀਂ ਨਸ਼ੇ ਛੱਡ ਕੇ ਖੇਡਾਂ ਵੱਲ ਆਓ ਤੁਸੀਂ ਆਪਣਾ ਸਰੀਰ ਜੇ ਕੋਈ ਖੇਡ ਨਹੀਂ ਵੀ ਕਰਨੀ ਹੈਗੀ ਆਪਣਾ ਸਰੀਰ ਫਿਟਨੈਸ ਵਾਸਤੇ ਬਾਡੀ ਫਿਟਨੈਸ ਵਾਸਤੇ ਐਕਸਰਸਾਈਜ਼ ਕਰੋ ਨਸ਼ੇ ਛੱਡੋ ਬਹੁਤ ਸਾਰੀਆਂ ਗੀਮਾਂ ਖੇਡਣ ਵਾਲੀਆਂ ਹੋਰ ਬਹੁਤ ਕੁਛਾ ਕਰਨ ਨੂੰ ਲਾਈਫ ਦੇ ਵਿੱਚ ਉਹ ਕਰੋ ਹਾਂਜੀ ਪੋਜ਼ਿਟਿਵ ਰਹੋ ਹਮੇਸ਼ਾ ਕਦੇ ਨੈਗੇਟਿਵ ਨਾ ਹੋਵੋ ਹਾਂਜੀ ਤੁਸੀਂ ਹਮੇਸ਼ਾ ਪੋਜ਼ਿਟਿਵ ਰਹਿਣਾ ਕੋਸ਼ਿਸ਼ ਬਣਨ ਦੀ ਕੋਸ਼ਿਸ਼ ਕਰਦਾ ਮੈਮ ਹਾਂਜੀ ਅੱਛਾ ਲੇਕਿਨ ਅੱਛਾ ਮੈਨੂੰ ਇੱਕ ਗੱਲ ਦੱਸੋ ਕਿ ਜਦੋਂ ਵੀ ਅਸੀਂ ਯਾਰਾਂ ਦੋਸਤਾਂ ਦੇ ਵਿੱਚ ਬੈੰਨੇ ਆ ਹਾਂਜੀ ਇੱਥੋਂ ਦਾ ਇੱਕ ਰਿਵਾਜ ਜਿਆ ਹੈ ਨਾ ਕਿ ਇੱਥੇ ਕਦੀ ਵੀ ਖਾਦੀ ਪੀਤੀ ਤੋਂ ਬਿਨਾ ਕਹਿੰਦੇ ਪਾਰਟੀ ਮੁਕੰਮਲ ਨਹੀਂ ਹੁੰਦੀ। ਸੋ ਤੁਸੀਂ ਵੀ ਅਜਿਹੀਆਂ ਚੀਜ਼ਾਂ ਨੂੰ ਇੰਜੋਏ ਕਰਦੇ ਹੋ ਜਾਂ ਫਿਰ ਇਸ ਨੂੰ ਇੱਕ ਲਿਮਿਟ ਤੱਕ ਰੱਖਿਆ ਜਾਂ ਫਿਰ ਬਿਲਕੁਲ ਆਪਣੇ ਤੁਸੀਂ ਗੋਲ ਵਾਲ ਫੋਕਸਡ ਹੋਰ ਬਿਲਕੁਲ ਮੈਮ ਅਜ ਤੱਕ ਮੈਂ ਲਾਈਫ ਦੇ ਵਿੱਚ ਨਾ ਮੈਨੂੰ ਚਾਹ ਦਾ ਟੇਸਟ ਪਤਾ ਹੈ। ਚਾਹ ਦਾ? ਹਾਂਜੀ। ਮੈਂ ਚਾਹ ਤੱਕ ਟੱਚ ਨਹੀਂ ਕੀਤੀ। ਤੇ ਬਾਕੀ ਤਾਂ ਗੱਲਾਂ ਦੂਰ ਰਹਿ ਗਈਆਂ। ਹਾਂਜੀ। ਹਾਂਜੀ ਮੈਂ ਚਾਹ ਹੀ ਨਹੀਂ ਪੀਤੀ ਹੈਗੀ ਕਦੇ ਤੇ ਬਾਕੀ ਤਾਂ ਮੈਨੂੰ ਟੇਸਟ ਪਤਾ ਨਹੀਂ ਹੈਗਾ। ਤੇ ਮੇਰੇ ਫਰੈਂਡ ਸਰਕਲ ਜਿਹੜਾ ਹੈਗਾ ਇਹ ਹਮੇਸ਼ਾ ਮੈਨੂੰ ਸਪੋਰਟ ਕਰਦਾ ਉਹਨੇ ਕਦੇ ਨਹੀਂ ਮੈਨੂੰ ਕਿਹਾ ਕਿ ਤੂੰ ਇਹ ਟਰਾਈ ਕਰ ਕੁਛ ਇਦਾਂ ਦਾ ਡਰਿੰਕ ਵਗੈਰਾ ਮੈਂ ਕਰੇ ਕੁਛ ਨਹੀਂ ਕੀਤਾ ਮੈਂ ਹਾਂਜੀ ਥੈਟਸ ਵੰਡਰਫੁਲ ਮਤਲਬ ਇਸ ਤੋਂ ਬਿਨਾ ਵੀ ਇੰਜੋਏਮੈਂਟ ਹੈ ਬਿਲਕੁਲ ਮੈਮ ਸੋ ਥਿਸ ਇਜ਼ ਅ ਵੈਰੀ ਬਿਗ ਮੈਸੇਜ ਟੂ ਆਲ ਆਫ ਯੂ ਮਾਂ ਐਂਡ ਤੁਹਾਡੇ ਫਾਦਰ ਹੈਨਾ ਉਹਨਾਂ ਨੇ ਸ਼ੁਰੂ ਤੋਂ ਤੁਹਾਨੂੰ ਕੋਈ ਨਾ ਕੋਈ ਅਜੀਹਾ ਮੰਤਰਾ ਜ਼ਰੂਰ ਦਿੱਤਾ ਹੋਣਾ ਜ਼ਿੰਦਗੀ ਚ ਅੱਗੇ ਵਧਣ ਦੇ ਲਈ ਕਿ ਕਦੀ ਵੀ ਮਾਇੂਸ ਨਹੀਂ ਹੋਣਾ ਇਹ ਗੱਲ ਯਾਦ ਰੱਖਣੀ ਹੈ ਤੇ ਅੱਗੇ ਵਧਦੇ ਜਾਣਾ ਉਹ ਕਿਹੜੀ ਗੱਲ ਹੈ ਮੈਂ ਮੇਰੇ ਫਾਦਰ ਸਾਹਿਬ ਬਹੁਤ ਮਿਹਨਤੀ ਹੈਗੇ ਆ ਹਾਂਜੀ ਮੇਰੇ ਦਾਦਾ ਜੀ ਸੀਗੇ ਤੇ ਉਹ ਵੀ ਬੜੇ ਮਿਹਨਤੀ ਸੀਗੇ ਉਹਨੇ ਹਮੇਸ਼ਾ ਹੀ ਮੈਨੂੰ ਇਹੀ ਕਿਹਾ ਕਿ ਮੰਨ ਲਓ ਕਦੇ ਹੌਸਲਾ ਨਹੀਂ ਛੱਡਣਾ ਹੈਗਾ ਹਾਂਜੀ ਜਿੱਤਾਂ ਹਾਰ ਹੁੰਦੀਆਂ ਰਹਿੰਦੀਆਂ ਆ ਪਰ ਕਦੇ ਵੀ ਤੁਸੀਂ ਮਤਲਬ ਹਮੇਸ਼ਾ ਪਿੱਛੇ ਨੂੰ ਨਹੀਂ ਦੇਖਣਾ ਹੈਗਾ ਹਮੇਸ਼ਾ ਅੱਗੇ ਨੂੰ ਦੇਖਣਾ ਹੈ ਅ ਵੈਸੇ ਤਾਂ ਤੁਸੀਂ ਆਲਰੇਡੀ ਦੱਸ ਚੁੱਕੇ ਹੋ ਕਿ ਰਸ਼ੀਆ ਦੇ ਵਿੱਚ ਅਜਿਹਾ ਮਾਹੌਲ ਹੀ ਨਹੀਂ ਹੈਗਾ ਕਦੀ ਖੁਦ ਨੂੰ ਕੱਲਿਆਂ ਪਾਇਆ ਉੱਥੇ ਕੋਈ ਐਦਾ ਦੀ ਸਿਚੁਏਸ਼ਨ ਨਹੀਂ ਮੈਨੂੰ ਐਦਾਂ ਦਾ ਕੁਝ ਨਹੀਂ ਹੋਇਆ ਕਿਉਂਕਿ ਉੱਥੇ ਮੇਰੇ ਫਰੈਂਡ ਸਰਕਲ ਸਿਗਾ ਹਮੇਸ਼ਾ ਮੈਨੂੰ ਫੈਮਲੀ ਤਰ੍ਹਾਂ ਰੱਖਦੇ ਸੀਗੇ ਹਾਂਜੀ ਮੈਨੂੰ ਲੱਗਾ ਹੀ ਨਹੀਂ ਕਦੇ ਕਿ ਮੈਂ ਆਪਣੀ ਫੈਮਲੀ ਤੋਂ ਦੂਰ ਹ ਸੋ ਤੁਹਾਡੀ ਮਿਹਨਤ ਦੇ ਨਾਲ-ਨਾਲ ਤੁਹਾਡੇ ਤੇ ਰੱਬ ਦੀ ਹਮੇਸ਼ਾ ਕਿਰਪਾ ਰਹੀ ਹੈ ਕਿ ਤੁਹਾਡੇ ਨੇੜੇ-ਤੇੜੇ ਅੱਛੇ ਲੋਕ ਹਮੇਸ਼ਾ ਰਹੇ ਨੇ ਜਿਹੜੇ ਤੁਹਾਨੂੰ ਸਪੋਰਟ ਕੀਤਾ ਹਾਂਜੀ ਹਾਂਜੀ ਸੋ ਪਰਮਾਤਮਾ ਕਰੇ ਅੱਗੇ ਵੀ ਐਦਾਂ ਰਹੇ ਥੈਂਕ ਯੂ ਸੋ ਮੱਚ ਸੋ ਜੀ ਅੱਜ ਦੀ ਇੰਟਰਵਿਊ ਬਹੁਤ ਹੀ ਖਾਸ ਸੀ ਕਿਉਂਕਿ ਅੱਜ ਜਿਸੀ ਗੱਲ ਕੀਤੀ ਹੈ ਇੱਕ ਅਜਿਹੇ ਅਖਸ਼ ਸ਼ਖਸ ਦੇ ਨਾਲ ਇੱਕ ਅਜਿਹੇ ਇਨਸਾਨ ਦੇ ਨਾਲ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਜੋ ਧਾਰਿਆ ਸੀ ਉਸ ਨੂੰ ਪੂਰਾ ਵੀ ਕੀਤਾ ਔਰ ਹੁਣ ਵੀ ਜੋ ਉਸ ਸੋਚ ਬੈਠੇ ਨੇ ਆਪਣੇ ਮੰਜ਼ਿਲ ਵੱਲ ਵਧਣ ਦੇ ਲਈ ਉਸ ਦੇ ਲਈ ਤਿਆਰੀ ਸ਼ੁਰੂ ਕਰ ਚੁੱਕੇ ਨੇ ਸੋ ਮਿਹਨਤ ਕਰਨੀ ਬਹੁਤ ਜ਼ਰੂਰੀ ਹੈ ਹੌਂਸਲਾ ਹਮੇਸ਼ਾ ਆਪਣਾ ਬਣਾ ਕੇ ਰੱਖੋ ਪੋਜ਼ਿਟਿਵ ਰਹੋ ਮੈਨੂੰ ਲੱਗਦਾ ਜਿਹੜੇ ਇਨਸਾਨ ਪੋਜ਼ਿਟਿਵ ਰਹਿੰਦੇ ਆ ਨਾ ਉਹ ਜ਼ਿੰਦਗੀ ਦੇ ਵਿੱਚ ਕਦੇ ਵੀ ਪਿੱਛੇ ਨਹੀਂ ਆਉਂਦੇ ਬਲਕਿ ਅੱਗੇ ਹੀ ਜਾਂਦੇ ਨੇ ਸੋ ਬਹੁਤ ਅੱਛੇ ਅੱਛੇ ਮੈਸੇਜ ਦੀਸ ਨੇ ਇਹਨਾਂ ਦੀ ਹਰ ਇੱਕ ਜਵਾਬ ਦੇ ਵਿੱਚ ਆਈ ਸ਼ੋਰ ਤੁਹਾਨੂੰ ਇਹ ਇੰਟਰਵਿਊ ਤੇ ਇਹਨਾਂ ਦੇ ਦਿੱਤੇ ਗਏ ਜਵਾਬਾਂ ਦੇ ਵਿੱਚ ਜੋ ਪੋਜ਼ਿਟਿਵਿਟੀ ਹੈ ਜਰੂਰ ਪਸੰਦ ਆਈ ਹੋਏਗੀ ਫਿਲਹਾਲ ਤੁਸੀਂ ਦੇਖਦੇ ਰਹੋ ਸਿਨੇ ਪੰਜਾਬੀ ਕਿਉਂਕਿ ਇੱਥੇ ਅਸੀਂ ਤੁਹਾਨੂੰ ਐਂਟਰਟੇਨਮੈਂਟ ਦੀਆਂ ਅਪਡੇਟਸ ਤੇ ਦਵਾਂਗੇ ਹੀ ਦਵਾਂਗੇ ਲੇਕਿਨ ਨਾਲ ਦੇ ਨਾਲ ਹਰ ਇੱਕ ਵਾਰ ਹਰ ਇੱਕ ਨਵੇਂ ਇੰਟਰਵਿਊ ਦੇ ਵਿੱਚ ਨਵੇਂ ਸ਼ਖਸੀਅਤ ਦੇ ਨਾਲ ਰੂਬਰੂ ਵੀ ਕਰਵਾਉਂਦੇ ਰਵਾਂਗੇ ਫਿਲਹਾਲ ਦੇ ਲਈ ਆਪਣਾ ਤੇ ਆਪਣਿਆਂ ਦਾ ਰੱਖੋ ਖਿਆਲ ਕੀਪ ਸਮਾਈਲਿੰਗ ਐਂਡ ਸਟੇ ਪੋਜ਼ਿਟਿਵ ਦਿਓ ਇਜਾਜ਼ਤ ਸਸ਼੍ਰੀਆਕਾਂ